ਇਹ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਇੱਕ ਵਾਰ ਸਵਾਗਤ ਹੈ। ਅਸੀਂ ਗੱਲਬਾਤ ਕਰਦੇ ਪਏ ਹਾਂ ਜੀ ਉਬਰ ਔਰ ਟੈਕਸੀ ਦੇ ਸੰਬੰਧ ਦੇ ਵਿੱਚ, ਜਿਹੜਾ ਅੱਜ ਪ੍ਰੋਬਲਮ ਕ੍ਰੀਏਟ ਹੋਈ ਆ ਡਾਊਨਟਾਊਨ ਦੇ ਵਿੱਚ ਉਹਦੇ ਬਾਰੇ। ਔਰ ਮੇਰਾ ਸਾਥ ਜਿਹੜਾ ਉਹ ਹਰ ਵਾਰ ਦੀ ਤਰ੍ਹਾਂ, ਕਿਉਂਕਿ ਅਸੀਂ ਦੋਨੇ ਇਹ ਜਿਹੜਾ ਪ੍ਰੋਗਰਾਮ ਹੈ ਇਕੱਠੇ ਹੋਸਟ ਕਰਦੇ ਹਾਂ, ਐਵਰੀ ਵੈਂਡਸਡੇ ਮਨਨ ਗੁਪਤਾ ਹੁਣੀ ਦੇ ਰਹੇ ਨੇ। ਮਨਨ ਜੀ, ਵੰਸ ਅਗੇਨ ਵੈਲਕਮ। ਥੈਂਕ ਯੂ ਵੈਰੀ ਮਚ ਦੀਪਕ। ਔਰ ਬ੍ਰੇਕ ਤੋਂ ਬਾਅਦ ਜੀ ਬੜੀ ਹੌਟ ਚੱਲ ਰਿਹਾ ਸੀਗਾ ਟੌਪਿਕ, ਔਰ ਜੱਸੀ ਭਾਈ ਕਹਿੰਦੇ ਕਿ ਮੈਂ ਵੀ ਵਿੱਚ ਸ਼ਾਮਿਲ ਹੋਣਾ ਆ। ਜੱਸੀ ਜੀ ਵੈਲਕਮ। ਥੈਂਕ ਯੂ ਜੀ, ਮੇਰੇ ਵੱਲੋਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਇੱਕ ਕਾਲਰ ਔਨ ਦੀ ਲਾਈਨ ਆਲਰੇਡੀ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਕੀ ਕਹਿਣਾ ਚਾਹੁੰਦੇ ਹੋ? ਸਾਡਾ ਅੱਜ ਦਾ ਟੌਪਿਕ ਆ ਉਬਰ ਬਾਰੇ ਤੇ ਟੈਕਸੀ ਬਾਰੇ। ਜੀ 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 ਤੇ ਮੇਰਾ ਸਿਰ ਛੋਟਾ ਸਾਰਾ ਕੁਐਸਚਨ ਹੈਗਾ। ਮੈਂ ਕਿਹਾ ਅਸੀਂ ਆ, ਮੈਂ ਨਾ A1 ਟੈਕਸੀ ਬ੍ਰੈਂਟਨ ਦਾ ਡਰਾਈਵਰ ਹੈਗਾ, ਰਹਿਮਾਨ ਮੇਰਾ ਨਾਮ ਹੈ। ਹਾਂਜੀ ਜੀ। ਤੇ ਮੈਂ ਸਿਰਫ ਇਹ ਕੁਐਸਚਨ ਕਰਨਾ ਚਾਹੁੰਦਾ ਕਿ ਅਸੀਂ ਅੱਜ ਮਤਲਬ ਰੈਗੂਲਰ ਟੈਕਸੀ ਦੇ ਡਰਾਈਵਰ ਆ, ਜਿਹੜਾ ਵਰਕਰ ਆ ਜਾਂ ਓਨਰ ਪਲੇਟ ਓਨਰ ਆ, ਅਸੀਂ ਮਤਲਬ ਸਭ ਜਿੰਨੇ ਵੀ ਬਾਈ ਲਾਜ ਵਗੈਰਾ ਉਹਨਾਂ ਨੂੰ ਫਾਲੋ ਕਰਦੇ ਹੋਏ ਤੇ ਟੈਕਸੀ ਵਾਲਾ ਜਿਹੜਾ ਇੱਕ ਮਤਲਬ ਡਰਾਈਵਰ ਉਹ ਸਾਰਾ ਸਕੂਲ ਅਟੈਂਡ ਕਰਕੇ ਸਿਕਿਉਰਿਟੀ ਚੈੱਕਅਪ ਕਰਕੇ ਸਾਰਾ ਕੁਝ ਕਰਕੇ ਟੈਕਸੀ ਦੇ ਉੱਤੇ ਆਉਂਦਾ, ਟੈਕਸੀ ਪੇ ਕਰਦਾ ਸਭ ਕੁਛ। ਤੇ ਇਹ ਚੀਜ਼ ਜਿਹੜੀ ਇੱਕ ਜਿਹੜੀ ਉਬਰ ਦੇ ਬਾਰੇ ਤੁਸੀਂ ਗੱਲ ਕਰ ਰਹੇ, ਇਹ ਸਾਰੀਆਂ ਚੀਜ਼ਾਂ ਨੂੰ ਬਾਈਪਾਸ ਕਰਦੀ ਹੋਈ ਆ ਰਹੀ ਹੈ। ਠੀਕ ਹੈ, ਇਹ ਕਿਆ ਉਹਨਾਂ ਲੋਕਾਂ ਤੇ ਅਟਰੈਕਟਿਵ ਨਹੀਂ ਹੋ ਜਾਏਗੀ ਚੀਜ਼, ਜਿਹੜੇ ਸ਼ਾਰਟਕੱਟ ਲੱਭਦੇ ਨੇ ਸਾਡੀਆਂ ਸੁਸਾਇਟੀ ਦੇ, ਜਿਹੜੀ ਇਹ ਚੀਜ਼ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਸ਼ਾਰਟਕੱਟ ਦੀ। ਦੱਸੋ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਲਾਈਨ ਨਾ ਕੱਟਿਓ ਰਹਿਮਾਨ ਸਾਹਿਬ ਤੁਹਾਨੂੰ, ਕਿਉਂਕਿ ਸਾਡੇ, ਮੈਂ ਚਾਹੁੰਦਾ ਸੀਗਾ ਐਕਚੁਅਲੀ ਕਿ ਤੁਹਾਡੀ ਟੈਕਸੀ ਤੋਂ ਜਾਂ ਤਾਂ ਸਰਦਾਰ ਮੱਖਣ ਸਿੰਘ ਹੋਣੀ ਆਪ ਆਉਂਦੇ, ਜਾਂ ਤੁਹਾਡਾ ਕੋਈ ਨੁਮਾਇੰਦਾ ਜਿਹੜਾ ਸਪੋਕਸਪਰਸਨ ਸਾਡੇ ਸਟੂਡੀਓ ਦੇ ਵਿੱਚ ਆ ਕੇ ਗੱਲ ਕਰਦਾ ਤੇ ਬਹੁਤ ਵਧੀਆ ਗੱਲਬਾਤ ਹੋਣੀ ਸੀਗੀ। ਤੁਸੀਂ ਚਲੋ ਅਗਲੇ ਵੀਕ ਜਾਂ ਕਮਿੰਗ ਡੇਜ਼ ਦੇ ਵਿੱਚ ਜ਼ਰੂਰ ਸਾਡੇ ਸਟੂਡੀਓ ਦੇ ਵਿੱਚ ਆਓ, ਪਰ ਤੁਸੀਂ ਲਾਈਨ ਨੂੰ ਹੋਲਡ ਕਰਿਓ ਇੱਦਾਂ ਹੀ। ਹਾਂਜੀ ਮਨਨ ਜੀ, ਬਿਲਕੁਲ ਜੀ। ਦੇਖੋ ਰਹਿਮਾਨ ਸਾਹਿਬ ਨੇ ਬੜਾ ਵਧੀਆ ਵਿਊ ਪੁਆਇੰਟ ਰੱਖਿਆ, ਅਸੀਂ ਵਿਊ ਪੁਆਇੰਟ ਪਹਿਲਾਂ ਵੀ ਡਿਸਕਸ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਕਿ ਜਿਹੜੇ ਉਬਰ ਇੰਡਸਟਰੀ ਦੇ ਉੱਤੇ ਵੀ ਰੈਗੂਲੇਸ਼ਨ ਜਿਹੜੀਆਂ ਨੇ ਮੈਂਡੇਟਰੀ ਜਿਹੜੀਆਂ ਨੇ ਉਹ ਜ਼ਰੂਰ ਇੰਪਲੀਮੈਂਟ ਹੋਣੀਆਂ ਚਾਹੀਦੀਆਂ, ਔਰ ਉਹ ਉੱਤੇ ਅਮਲੀ ਜਾਮਾ ਪਾਇਆ ਜਾਣਾ ਚਾਹੀਦਾ, ਚਾਹੇ ਉਹ ਅੰਦਰ ਕੈਮਰੇ ਦੀ ਰਿਕੁਆਇਰਮੈਂਟ ਹੈ, ਸਿਕਿਉਰਿਟੀ ਦੀ ਰਿਕੁਆਇਰਮੈਂਟ ਹੈ, ਜਾਂ ਫਿਰ ਜਿਹੜੇ ਡਰਾਈਵਰਸ ਦੀ ਟ੍ਰੇਨਿੰਗ ਹੈ, ਜਾਂ ਫਿਰ ਜਿਹੜੇ ਉਹ ਗੱਡੀਆਂ ਚਲਾਉਂਦੇ ਨੇ ਕਿ ਉਹ ਪ੍ਰੋਪਰ ਮਕੈਨੀਕਲੀ ਫਿੱਟ ਵੀ ਹੈਗੀਆਂ ਜਾਂ ਨਹੀਂ ਹੈਗੀਆਂ। ਬਿਲਕੁਲ, ਟੈਕਸੀ ਇੰਡਸਟਰੀ ਦੀ ਕੋਈ ਮਕੈਨੀਕਲ ਫਿਟਨੈਸ ਨਾ ਹੋਵੇ ਤੇ ਉਹਦਾ ਲਾਇਸੈਂਸ ਰੁਕ ਜਾਂਦਾ ਹੈ, ਉਹਦੀ ਰੋਜ਼ੀ ਰੋਟੀ ਤੋਂ ਰੁਕ ਜਾਂਦਾ ਹੈ। ਲੇਕਿਨ ਜਿਹੜਾ ਉਬਰ ਦਾ ਡਰਾਈਵਰ ਹੈ ਉਹ ਉੱਥੇ ਕੀ ਚੈੱਕ ਕੀ, ਕੋਈ ਹੋਰ ਜੌਬ ਕਰ ਰਿਹਾ ਨਾ? ਉਹ ਤਾਂ ਦੇਖੋ ਜੀ, ਇੱਕਦਮ ਜੌਬ ਕਰ ਰਿਹਾ। ਹਾਂਜੀ, ਦੂਸਰੀ ਗੱਲ ਉਹਦੇ ਤੇ ਇਹ ਆ ਕਿ ਜਿਹੋ ਜਿਹਾ ਕੋਈ ਪੀਜ਼ਾ ਡਿਲੀਵਰ ਕਰ ਦਿੱਤਾ ਉਹੋ ਜਿਹਾ ਉਹ ਟੈਕਸੀ ਦੇ ਤੌਰ ਤੇ ਸਰਵਿਸ ਦੇਣ ਲੱਗ ਪਿਆ, ਉਹਦੇ ਲਈ ਬੋਨਸ ਮਨੀ ਖਾਸ ਡਿਫਰੈਂਟ ਨਹੀਂ ਹੈਗਾ। ਹਾਂਜੀ, ਇੱਕ ਜ਼ਰੂਰ ਹੈਗਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਟੈਕਸੀ ਇੰਡਸਟਰੀ ਦੇ ਵਿੱਚ ਦਿਨੋ ਦਿਨ ਬਾਇਲਾਸ ਜਿਹੜੇ ਆ ਨਾ, ਕੁਛ ਸਿਟੀ ਦੀ ਅਨਪੜ੍ਹਤਾ ਲਾ ਲਓ, ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਉਸ ਹਿਸਾਬ ਨਾਲ ਕੁਛ ਬੰਦੇ ਵੀ ਧੱਕਾ ਕਰਦੇ ਹੈਗੇ ਆ, ਉਹ ਬਾਇਲਾ ਇੰਨੇ ਕੁ ਸਖਤ ਹੋ ਗਏ ਆ ਅਤੇ ਦਿਨੋ ਦਿਨ ਇੱਕ ਦੂਜੇ ਦੇ ਪਿੱਛੇ ਲੱਗ ਕੇ ਆਪਣੀਆਂ ਜਿਹੜੀਆਂ ਪਲੇਟਸ ਆ ਉਹਨਾਂ ਦੀ ਕੋਸਟ ਵੀ ਬਹੁਤ ਵੱਧ ਗਈ ਆ। ਇਹ ਤਾਂ ਬਹੁਤ ਵੱਡਾ ਗੈਪ ਹੈਗਾ ਕਿ ਇੱਕ ਜਾਣੇ ਨੂੰ ਆ ਕੇ ਕਹਿੰਦਾ ਜੀ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਹੀਂ, ਨਾ ਤੁਹਾਡੀ ਕੋਈ ਇੰਸ਼ੋਰੈਂਸ ਹੈਗੀ ਆ, ਨਾ ਕੋਈ ਕੁਆਲੀਫਾਈਡ ਟੈਕਸੀ ਆ, ਨਾ ਸਰਟੀਫਾਈਡ ਟੈਕਸੀ ਹੈਗੀ ਆ, ਜਿਹਦੇ 'ਤੇ ਤੁਹਾਡੇ ਤੁਸੀਂ ਕਿਸੇ ਵੀ ਤਰ੍ਹਾਂ ਇੱਕ ਓਰਡਨਰੀ ਬੰਦੇ ਨਾਲ ਬੈਠ ਗਏ ਆ, ਉਦੋਂ ਬਾਅਦ ਵਿੱਚ ਉਹ ਬੰਦਾ ਤੁਹਾਨੂੰ ਕਿੱਥੇ ਲੈ ਗਿਆ, ਕਿੱਦਾਂ ਲੈ ਗਿਆ, ਉਹਨਾਂ ਦੇ ਵਿੱਚ ਤੁਹਾਡੀਆਂ ਆਪਣੀਆਂ ਜਿਹੜੀਆਂ ਸੇਫਟੀਆਂ ਬਹੁਤ ਸਾਰੀਆਂ ਘੱਟ ਜਾਂਦੀਆਂ। ਤੁਹਾਡੇ ਹਿਸਾਬ ਦੇ ਨਾਲ ਜਿਹੜਾ ਇਹ ਪਲੇਟ ਸਿਸਟਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਜਿਹੜਾ ਪਲੇਟ ਸਿਸਟਮ ਆ ਨਾ ਆਪਣਾ ਟੈਕਸੀ ਦਾ, ਉਹ ਅਸਲ ਵਿੱਚ ਜੇ ਆਪਾਂ ਸਿਟੀ ਦੇ ਬਾਇਲਾਅ ਦੇ ਹਿਸਾਬ ਨਾਲ ਦੇਖੀਏ ਤਾਂ ਉਹਦੀ ਕੋਈ ਕੋਸਟ ਨਹੀਂ। ਅੱਛਾ, ਆਪਣੇ ਇੱਕ ਇੰਡੀਆ ਦੇ ਵਿੱਚ ਆਪਾਂ ਸ਼ਬਦ ਵਰਤਦੇ ਹੁੰਦੇ ਸੀ ਪਗੜੀ, ਇਹ ਇੱਕ ਦੂਜੇ ਨੂੰ ਪਗੜੀ, ਹੁਣ ਹੌਲੀ ਹੌਲੀ ਈਵਨ ਦੋ ਟਰੱਕਾਂ ਦੇ ਵਿੱਚ ਵੀ ਸ਼ੁਰੂ ਹੋ ਗਿਆ, ਜਿੱਦਾਂ ਕੋਈ ਸੀ ਐਨ ਦੀਆਂ ਜੋਬਾਂ ਹੈਗੀਆਂ ਆ ਉਹਨਾਂ ਨੂੰ 5,000 ਵਾਲਾ ਟਰੱਕ 40,000 ਦਾ ਵਿਕੀ ਜਾਂਦਾ। ਜੇ ਉਹਦੇ ਵਿੱਚ ਵੀ ਹੋ ਗਿਆ ਨਾ ਤੇ ਤੁਹਾਨੂੰ ਯਾਦ ਹੋਣਾ, ਪਤਾ ਹੋਣਾ ਚਾਹੀਦਾ ਕਿ ਉਬਰ ਟਰੱਕਾਂ ਦੇ ਵਿੱਚ ਵੀ ਆ ਗਈ ਆ। ਦੇਖੋ ਜੀ, ਇਹ ਸਾਰਾ ਕੁਝ ਹੋ ਜਾਣਾ ਟਰੱਕਾਂ 'ਚ ਆ ਗਈ ਆ। ਸਨੋਪਲੋ ਆਟੋਵਾ ਦੇ ਵਿੱਚ ਇੱਕ ਕੰਪਨੀ ਆ, ਉਹਨਾਂ ਨੇ ਉਬਰ ਦੇ ਬੇਸ ਦੇ ਉੱਤੇ ਸਨੋ ਪਲੋਇੰਗ ਦਾ ਸਿਸਟਮ ਸ਼ੁਰੂ ਕਰਤਾ। ਤੁਹਾਨੂੰ ਪਤਾ ਵਿੰਟਰ ਆ ਗਈ ਹੈ, ਉਹ ਡਿਮਾਂਡ ਐਂਡ ਸਪਲਾਈ ਦੇ ਉਹਨਾਂ ਨੇ ਜਿੱਥੇ ਘਰ ਦੇ ਬਾਹਰ ਸਨੋ ਚੱਕਣੀ ਹੈ ਜੀ, ਉਹ ਉਬਰ ਬੇਸ ਬੁਕਿੰਗ ਹੋ ਰਹੀ ਹੈ। ਰਹਿਮਾਨ ਜੀ, ਤੁਹਾਡੇ ਕੋਲ ਮੇਰਾ ਇੱਕ ਕੁਐਸਚਨ ਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇ ਉਬਰ ਦੇ ਵਿੱਚ ਇੰਨੇ ਲੋਕੀ ਜਿਹੜੇ ਆ ਉਹ ਸਫ਼ਰ ਕਰ ਰਹੇ ਨੇ, ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਟੈਕਸੀ ਇੰਡਸਟਰੀ ਦੇ ਵਿੱਚ ਵੀ ਥੋੜ੍ਹਾ ਰੈਗੂਲੇਸ਼ਨ ਜਿਹੜਾ ਉਹ ਆਉਣਾ ਚਾਹੀਦਾ, ਇਨ ਟੈਕਸੀ ਇੰਡਸਟਰੀ ਦੇ ਵਿੱਚ ਕੋਈ ਖਾਮੀਆਂ ਹੋਣਗੀਆਂ ਤਾਂ ਕਰਕੇ ਜਿਹੜਾ ਆ ਉਹ ਉਬਰ ਇੰਨੀ ਉੱਪਰ ਆ ਰਹੀ ਆ? ਠੀਕ ਹੈ ਭਾਈ ਸਾਹਿਬ, ਬਿਲਕੁਲ ਮੈਂ ਤੁਹਾਡੀ ਗੱਲ ਅੰਡਰਸਟੈਂਡ ਕਰਨਾ। ਦੇਖੋ, ਸਿਟੀ ਮੌਜੂਦ ਹੈਗੀ ਹੈ ਸਾਡੇ ਸਿਰ ਦੇ ਉੱਤੇ ਜਿਹੜੀ ਸਾਨੂੰ ਵਾਚ ਕਰਦੀ ਹੈ ਭਾਈ। ਹਾਂਜੀ, ਕੋਈ ਵੀ ਐਸੀ ਛੋਟੀ ਮੋਟੀ ਕੋਈ ਕਮਜ਼ੋਰੀ ਆਉਂਦੀ ਹੈ, ਪੁਲਿਸ ਸਾਨੂੰ ਵਾਚ ਕਰਦੀ, ਵੀ ਸਿਟੀ ਵਾਲੇ ਸਾਨੂੰ ਵਾਚ ਕਰਦੇ ਨੇ ਪਏ, ਤੁਸੀਂ ਦੱਸੋ ਕਿ ਬਈ ਤੁਹਾਡੀ ਟੈਕਸੀ ਦੇ ਵਿੱਚ ਹੈ ਜਿਵੇਂ ਇਹਨੇ ਸੇਫਟੀ ਨਹੀਂ ਪਾਸ ਕੀਤੀ, ਡਰਾਈਵਰ ਦਾ ਸਕਿਉਰਟੀ ਚੈੱਕਅਪ ਨਹੀਂ, ਹਰ ਚੀਜ਼ ਅਸੀਂ ਕੰਪਲੀਟ ਕਰਕੇ ਆਏ ਹੋਏ ਆ, ਤੁਸੀਂ ਦੱਸੋ ਨਾ ਕਿ ਹੈ ਹਰ ਕਿਸੇ ਵੇਲੇ ਕਿਸੇ, ਮੈਂ ਨਹੀਂ ਕਹਿੰਦਾ ਕਿ ਕਿਸੇ ਕਸਟਮਰ ਦਾ ਪ੍ਰੋਸੀਜਰ ਦੇ ਨਾਲ ਪਹੁੰਚ ਜਾਂਦੀ ਹੈ ਕਿਸੇ ਵੇਲੇ, ਉਨੀ ਵੀ ਕੋਈ ਜ਼ਰੂਰੀ ਨਹੀਂ ਹੈ ਕਿ ਮੈਂ ਹਰ ਵਕਤ ਦੀ
धक्के नाल थोपिया जा रहा जिहदे विच तुहाडे पैसे थोड़े जिहे बच जाण। बहुत बहुत थैंक यू रहमान साहब। एक कॉलर एक नाल होर ने जी, थैंक यू जनाब, बहुत शुक्रिया। हेलो जी, सत श्री अकाल, वेलकम। हेलो हेलो, वेलकम जी। रेगुलेट करना मतलब अंडर लिया के कर चाहे है जी, ता ही असि जो प्राइस का जो रेट का लोग लाइक क्यों करते हैं, लोग प्राइस करके लाइक करते हैं जी। होर लोगों का अपने ज्यादातर नॉलेज है नहीं गी भी ये की ये मैरिट्स ने डीमैरिट्स ने की पॉजिटिव है की नैगेटिव है, ये सब किसी को पता ही नहीं जी, बहुत आम कस्टमर। बिल्कुल जी, तुहाडा कंसर्न बड़ा वैलिड है। तुसी टैक्सी चलाने तुसी दस्या, तुहानू की लगता है कि ऊबर के आने नाल पिछले दो तीन सालों में जो टोरंटो में आया है ਤੁਹਾਡੀ ਆਪਣੀ ਇਹਨੋ ਰੋਜ਼ੀ ਰੋਟੀ ਤੇ ਜਾਂ ਜਿਹੜੀ ਤੁਹਾਡੇ ਸੋਰਸ ਆਫ ਇਨਕਮ ਤੇ ਕਿੰਨਾ ਕਿ ਇੰਪੈਕਟ ਪਿਆ ਪਰਸਨਲੀ, ਜੇ ਮੈਂ ਪੁੱਛਣਾ ਚਾਹਾਂ? ਤਕਰੀਬਨ ਮੇਰੇ ਹਿਸਾਬ ਨਾਲ ਜੀ 40% ਪੈ ਗਿਆ ਜੀ। ਵੈਸੇ ਅੱਜ ਮੈਂ ਇੱਕ ਹੋਰ ਮੇਰੇ ਵਗ ਮਹੀਨੇ ਜੀ ਜਾਣਕਾਰ ਏਅਰਪੋਰਟ ਤੇ ਟੈਕਸੀ ਚਲਾਉਂਦੇ ਉਹਨਾਂ ਨੂੰ ਮੈਂ ਫੋਨ ਕੀਤਾ ਜੀ ਜੀ। ਮੈਂ ਸੋਚਦਾ ਸੀ ਜਦੋਂ ਆਪਣੀ ਗੱਲ ਹੋਈ ਕਿ ਇੱਕ ਅੱਧਾ ਕੋਈ ਨੁਮਾਇੰਦਾ ਆ ਕੇ ਆਪਣੀ ਗੱਲਬਾਤ ਕਰੇ ਕਿਉਂਕਿ ਅੱਜ ਬਹੁਤ ਬਿਜ਼ੀ ਆ ਬਿਜ਼ੀ ਹਾਂਜੀ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੇ ਵੀ ਆਪਣੇ ਨਾਲ, ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਹੁਣ ਇੰਨੀਆਂ ਪਲੇਟਾਂ ਘੱਟ ਗਈਆਂ ਆ ਤੇ ਇੱਕ ਅੱਧੀ ਵੈਸੇ ਲੈ ਹੀ ਲੈਣੀ ਚਾਹੀਦੀ ਆ। ਕਹਿੰਦੇ ਮੇਰੇ ਕੋਲ 5 ਪਲੇਟਾਂ ਆ 2.5 million ਦੀਆਂ ਸੀਗੀਆਂ ਤੇ ਤੂੰ ਜੇ 7-8 lakh dollars ਦੇਣਾ ਤੇ ਦੇ ਦੇ। ਨਹੀਂ ਬਿਲਕੁਲ ਦੀਪਕ ਸਾਹਿਬ, ਜਿੱਦਾਂ ਜਸੀ ਭਾਈ ਨੇ ਵੀ ਦੱਸਿਆ, ਮੇਰੇ ਖਿਆਲ ਪਲੇਟਾਂ ਦਾ ਜਿਹੜਾ ਸਿਸਟਮ ਹੈ ਨਾ ਉਹ ਇਟ ਸ਼ੁੱਡ ਬੀ ਟੇਕਨ ਅਵੇ ਨਾਓ, ਉਹਦੀ ਕੋਈ ਕਨਸੈਪਟ ਰਹਿ ਹੀ ਨਹੀਂ ਗਈ ਹੈ। ਬ੍ਰੈਂਪਟਨ ਵਰਗੀ ਮਿਊਂਸਪੈਲਿਟੀ ਵਿੱਚ ਉਹ ਵੇਟ ਕਰਦੇ ਨੇ 10-10 years ਦੀ ਵੇਟਿੰਗ ਲਿਸਟ ਹੈ ਜੀ, ਉਹਨੂੰ ਪਲੇਟਾਂ ਦੇਵਾਂਗੇ। ਮੇਰੇ ਖਿਆਲ 10 years ਜਿਨ੍ਹਾਂ ਦਾ ਨੰਬਰ ਆ, ਟੈਕਨੋਲੋਜੀ ਦੀ ਜਿਹੜੀ ਡਿਮਾਂਡ ਹੈ ਨਾ ਜੀ, ਟੈਕਨੋਲੋਜੀ ਸਾਡੀ ਜ਼ਿੰਦਗੀਆਂ ਦੇ ਹਰ ਪਹਿਲੂ ਦੇ ਨਾਲ ਜੁੜ ਗਈ ਆ, ਅਸੀਂ ਉਹ ਤੋਂ ਬਾਹਰ ਨਹੀਂ ਆ ਸਕਦੇ। ਇੱਕ ਕਾਲਰ ਹੋਰ ਨੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਮਨਨ ਗੁਪਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੇ ਦੂਜੇ ਭਾਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਦੂਜੇ ਭਾਜੀ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੀ ਹੁਕਮ ਹੈ? ਰਾਮ ਸਿੰਘ ਬੋਲਦਾ ਸੀਗਾ। ਹਾਂਜੀ ਹਾਂਜੀ, ਤੇ ਆਪਣੇ ਪਿੰਡੇ ਵੀ ਆਪਾਂ ਨੂੰ ਗੱਲ ਕਰਦੇ ਹਾਂ, ਤੇ ਟੈਕਸੀ ਦੇ ਵਿੱਚ ਸਰਵਿਸ ਦੀ ਤੇ ਕਿੱਦਾਂ ਹੁੰਦੀ ਹੈ ਜੀ? ਹਾਂਜੀ, ਤੇ ਜੇ ਹੁਣ ਸਿਟੀ ਕੰਟਰੋਲ ਕਰਨਾ ਚਾਹੀਦੀ ਹੈ, ਟੈਕਸੀ ਵਿੱਚ ਵੀ ਸਾਰਾ ਸਿਸਟਮ ਲੱਗ ਹੀ ਸਕਦਾ? ਹਾਂ ਹਾਂ, ਸਿਟੀ ਨਹੀਂ ਕੰਟਰੋਲ ਕਰਨਾ ਚਾਹੁੰਦੀ ਜੀ, ਡਾਇਰੈਕਟਲੀ ਇਨਡਾਇਰੈਕਟਲੀ ਇਸ ਗੱਲ ਨੂੰ। ਬੇਸਿਕਲੀ ਵੋਟਾਂ ਦਾ ਚੱਕਰ ਹੈ ਜੀ ਇੱਥੇ। ਹਾਂਜੀ, ਵੋਟਾਂ ਦਾ ਵੀ ਦੀਪਕ ਜੀ ਚੱਕਰ ਹੈ, ਬਿਊਰੋਕਰੈਟਿਕ ਜਿਹੜਾ ਸਾਡਾ ਤਾਣਾ ਬਾਣਾ ਨਾ, ਰੈਡ ਟੇਪਿਜ਼ਮ ਹੈ, ਉਹ ਹੀ ਨਹੀਂ ਮਾਨਦੀ। ਅਸੀਂ ਉਹ ਬਾਬੇ ਆਦਮ ਦੇ ਜ਼ਮਾਨੇ ਦੇ ਜਿਹੜੇ ਬਾਇਲੋਜ਼ ਨੇ ਉਹਨਾਂ ਨੂੰ ਚੇਂਜ ਕਰਨਾ ਹੀ ਨਹੀਂ ਚਾਹੁੰਦੇ। ਜੇ ਕੋਈ ਚੇਂਜ ਕਰਨਾ ਚਾਹੁੰਦਾ ਤੇ ਫਿਰ ਉਹ ਪੋਲੀਟੀਕਲੀ ਐਕਸ਼ਨ ਤੋਂ ਬਚਦਾ ਕਿ ਯਾਰ ਮੈਂ ਇਸ ਗਰੁੱਪ ਦੇ ਨਾਲ ਮੈਂ ਵੋਟਾਂ, ਕੱਲ ਨੂੰ ਵੋਟਾਂ ਵੀ ਲੈਣੀਆਂ। ਯੂ ਨੋ ਇਟਸ ਅ ਵੈਰੀ ਵੋਕਲ ਇੰਡਸਟਰੀ। ਅੱਜ ਜੋ ਡਾਊਨਟਾਊਨ ਟੋਰੋਂਟੋ ਵਿੱਚ ਹੋਇਆ ਉਹਨੇ ਮੈਂ ਸਮਝਦਾ ਇਨਫੈਕਟ ਟੈਕਸੀ ਇੰਡਸਟਰੀ ਨੂੰ ਨੁਕਸਾਨ ਜ਼ਿਆਦਾ ਪਹੁੰਚਾਇਆ, ਉਬਰ ਦਾ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਲੋਕ ਜਿੰਨੇ ਦੁਖੀ ਹੋਏ ਨੇ, ਲੋਕਾਂ ਨੂੰ ਜਿੰਨੀ ਖੱਜਲ ਖੁਆਰੀ ਹੋਈ ਹੈ। ਮੇਰਾ ਖਿਆਲ ਹੈ ਕਿ ਟੈਕਸੀ ਇੰਡਸਟਰੀ ਨੂੰ ਦੇ ਸ਼ੁੱਡ ਲੁੱਕ ਐਟ ਸਮ ਆਲਟਰਨੇਟਿਵ ਵੇਜ਼ ਟੂ ਰੇਜ਼ ਦੇਅਰ ਵੋਇਸ। ਇੱਕ ਹੋਰ ਕਾਲਰ ਸਾਡੇ ਨਾਲ ਨੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਥੋੜ੍ਹਾ ਦੱਸਣਾ ਚਾਹੁੰਦਾ ਕਿ ਇੱਕ ਸਿਸਟਮ ਬਣਿਆ ਹੋਇਆ ਹੈਗਾ ਸੀਗਾ ਟੈਕਸੀ ਦਾ,
ਜਿਸ ਤਰ੍ਹਾਂ ਟੈਕਸੀ ਜਦੋਂ ਹੈਗਾ ਵੀ ਇਹ ਤੁਹਾਡੀ ਮਿਊਨਿਸਪੈਲਿਟੀ ਦੇ ਵਿੱਚ ਕਿੰਨੀ ਪਾਪੂਲੇਸ਼ਨ ਹੈ ਉਹਦੇ ਹਿਸਾਬ ਨਾਲ ਕਿੰਨੀਆਂ ਉੱਥੇ ਪਲੇਟਾਂ ਚੱਲਦੀਆਂ ਬਿਲਕੁਲ ਬਿਲਕੁਲ ਤੇ ਜਿੰਨੀ ਪਾਪੂਲੇਸ਼ਨ ਵਧੀ ਜਾਂਦੀ ਆ ਉਸ ਹਿਸਾਬ ਨਾਲ ਉਹਦੇ ਅਕੋਰਡਿੰਗ ਟੂ ਉਹ ਹੋਰ ਪਲੇਟਾਂ ਇਸ਼ੂ ਕਰਦੇ ਆ ਤੇ ਜੋ ਤੁਸੀਂ ਉੱਥੇ ਚਲਾਉਂਦੇ ਆ ਟੈਕਸੀ ਤਾਂ ਉਹਦੇ ਕਈ ਵਾਰੀ ਜਿਸ ਤਰ੍ਹਾਂ ਹੁਣ ਪਹਿਲਾਂ ਭਾਈ ਸਾਹਿਬ ਨੇ ਦੱਸਿਆ 10 ਸਾਲ ਹੋ ਗਏ ਵੇਟ ਕਰਦਿਆਂ ਨੂੰ ਉਸੇ ਕਰਕੇ ਵੇਟ ਕਰ ਰਹੇ ਹਾਂ ਕਿ ਜਦੋਂ ਉਹਨਾਂ ਦਾ ਨੰਬਰ ਆਊਗਾ ਜਦੋਂ ਪਲੇਟਾਂ ਇਸ਼ੂ ਹੋਣਗੀਆਂ ਫਿਰ ਉਹਨਾਂ ਨੂੰ ਉਹ ਮਿਲੂਗੀ ਪਲੇਟ ਜੀ ਜੀ ਹੁਣ ਜਦੋਂ ਇੱਕ ਮਿਊਨਿਸਪੈਲਿਟੀ ਦੇ ਵਿੱਚ ਲੋਕ ਤਾਂ ਘੱਟ ਹੈ ਤੇ ਉੱਥੇ ਉਬਰ ਕਿੰਨੀਆਂ ਟੈਕਸੀਆਂ ਚਲਾਉਣ ਲੱਗ ਪਊ ਕਿੰਨੇ ਉਬਰ ਵਾਲੇ ਆ ਜਾਣਗੇ ਤਾਂ ਫਿਰ ਉਹ ਕੀ ਬਣ ਜੂ ਜਿਹੜਾ ਇੱਕ ਰੂਲਸ ਐਂਡ ਰੈਗੂਲੇਸ਼ਨ ਇੱਕ ਸਰਕਾਰ ਹੈ ਉਹਨੇ ਸੈੱਟ ਕੀਤਾ ਹੋਇਆ ਉਹਦੇ ਅਕੋਰਡਿੰਗ ਟੂ ਚੱਲਣਾ ਚਾਹੀਦਾ ਬਿਲਕੁਲ ਜੀ ਹੁਣ ਤਾਂ ਇਹ ਸਿਸਟਮ ਹੋ ਚੱਲਿਆ ਇੱਕ ਗਵਰਨਮੈਂਟ ਸੈਂਟਰ ਦੀ ਹੈ ਇੱਕ ਪ੍ਰੋਵਿੰਸ ਦੀ ਹੈ ਇੱਕ ਸਾਡੀ ਲੋਕ ਸਿਟੀ ਦੀ ਸਰਕਾਰ ਹੈ ਮਿਊਨਿਸਪੈਲਿਟੀ ਹੈ ਮਿਊਨਿਸਪੈਲਿਟੀ ਨੇ ਇੱਕ ਰੂਲਸ ਐਂਡ ਰੈਗੂਲੇਸ਼ਨ ਬਣਾਏ ਹੋਏ ਹੈ ਵੀ ਆਹਾ ਬੰਦੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਉਹ ਟੈਕਸੀ ਚਲਾਉਣਗੇ ਇਸ ਤਰ੍ਹਾਂ ਅਸੀਂ ਪਲੇਟਾਂ ਇਸ਼ੂ ਕਰਾਂਗੇ ਇਸ ਤਰ੍ਹਾਂ ਇੰਸਪੈਕਟਰ ਹੋਣਗੇ ਇਸ ਤਰ੍ਹਾਂ ਦੀਆਂ ਕਾਰਾਂ ਹੋਣਗੀਆਂ ਇਸ ਤਰ੍ਹਾਂ ਉਹਨਾਂ ਨੂੰ ਅਸੀਂ ਇੰਨਾ ਚਿਰ ਭਰ ਦੇਖਾਂਗੇ ਆਹ ਕਰਾਂਗੇ ਜੋ ਕੁਛ ਵੀ ਹੈਗਾ ਉਹਨਾਂ ਦੀ ਡਿਊਟੀ ਹੋਊਗੀ ਕਾਰ ਦੀ ਡਿਊਟੀ ਹੋਊਗੀ ਹੁਣ ਜਿਹੜੇ ਉਬਰ ਦਾ ਕੀ ਹੈ ਇੱਦਾਂ ਦਾ ਕੁਛ ਵੀ ਨਹੀਂ ਹੁੰਦਾ ਉਬਰ ਦਾ ਤਾਂ ਕੰਮ ਸੌਖਾ ਜਿਹਾ ਹੈ ਜੀ ਘਰ ਬੱਚਿਆਂ ਨੂੰ ਕਹਿ ਕੇ ਬੰਦਾ ਚਲੇ ਜਾਂਦਾ ਵੀ 2 ਘੰਟੇ ਦਿਓ ਤੁਹਾਡੇ ਲਈ ਆਉਂਦਾ ਹੋਇਆ ਮੈਕਡੋਨਲਡ ਤੇ ਕੁਛ ਕੈਸ਼ ਲੈ ਆਉਂਗਾ ਉਹ ਵੀ ਅਸੀਂ ਗੱਲਬਾਤ ਕਰ ਰਹੇ ਸੀਗੇ ਜਸੀ ਭਾਈ ਕਿਉਂਕਿ ਬਰਡਨ ਹੀ ਇੰਨਾ ਜ਼ਿਆਦਾ ਆ 2-2-3-3 ਜੋਬਸ ਲੋਕੀ ਕਰ ਰਹੇ ਨੇ ਉਹਦੇ ਚੱਕਰਾਂ ਦੇ ਵਿੱਚ ਹੀ ਚਲਾ ਰਹੇ ਨੇ 2 ਕਾਲਸ ਐਕਚੁਲੀ ਹੋਰ ਨੇ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਹੈਲੋ ਜੀ ਵੈਲਕਮ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਉਬਰ ਦੇ ਫਾਇਦੇ ਵੀ ਤੇ ਕਾਫੀ ਹੈਗੇ ਜੀ ਇੱਕ ਤੇ ਉਬਰ ਜਿਹੜੀ ਹੈਗੀ ਹੈ ਉਹ ਯੰਗ ਜਿਹੜੀ ਜਨਰੇਸ਼ਨ ਹੈਗੀ ਹੈ ਉਹਨਾਂ ਦੇ ਲਈ ਕਾਫੀ ਫਾਇਦੇਮੰਦ ਹੈ ਔਰ ਡਰਾਈਵਰ ਵੀ ਕਾਫੀ ਫ੍ਰੈਂਡਲੀ ਹੈਗੇ ਇੱਕ ਤੇ ਅੱਛਾ ਜੀ ਉਸ ਤੋਂ ਇਲਾਵਾ ਜਿਹੜੀ ਉਬਰ ਦੇ ਨਾਲ ਜਿਹੜੀ ਟੈਕਸੀ ਇੰਡਸਟਰੀ ਦੀ ਬਲੈਕ ਮਾਰਕੀਟ ਜਿਹੜੀ ਪਲੇਟ ਇੰਡਸਟਰੀ ਹੈਗੀ ਹੈ ਉਹਦੇ ਉੱਤੇ ਕਾਫੀ ਜਿਹੜੀ ਹੈ ਬਲੈਕ ਮਾਰਕੀਟਿੰਗ ਘੱਟ ਹੋ ਜਾਂਦੀ ਹੈ ਜੀ ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਉਬਰ ਟੈਕਸੀ ਦੇ ਨਾਲ ਸਰਕਾਰ ਨੂੰ ਬੜਾ ਵੱਡਾ ਫਾਇਦਾ ਇਹ ਹੈਗਾ ਕਿ ਸਰਕਾਰ ਨੂੰ ਜਿੰਨੀ ਵੀ ਇਨਕਮ ਆ ਰਹੀ ਹੈ ਉਹ ਸਭ ਵਾਈਟ ਵਿੱਚ ਹੈਗੀ ਹੈ ਔਰ ਟੈਕਸੀ ਡਰਾਈਵਰ ਨੂੰ ਉਬਰ ਵਾਲੇ ਨੂੰ ਸਭ ਡਿਕਲੇਅਰ ਕਰਨੀ ਹੀ ਪੈਣੀ ਹੈ ਸਭ ਤੋਂ ਵੱਡਾ ਸਰਕਾਰ ਨੂੰ ਫਾਇਦਾ ਹੈਗਾ ਨਹੀਂ ਇਹ ਸਰਕਾਰ ਨੂੰ ਇਹਦਾ ਵਾਈਟ ਮਨੀ ਕਿੱਦਾਂ ਹੈ ਜੀ ਉਬਰ ਦਾ ਉਬਰ ਵਾਲੇ ਦੀ ਪੇਮੈਂਟ ਜਿੰਨੀ ਹੈ ਉਹ ਕ੍ਰੈਡਿਟ ਕਾਰਡ ਦੇ ਥਰੂ ਜਾਣੀ ਹੈ ਉਹਦੇ ਸਿਸਟਮ ਵਿੱਚ ਜਾਣੀ ਹੈ ਔਰ ਕਿਸੇ ਵੀ ਪੁਆਇੰਟ ਦੇ ਉੱਤੇ ਉਹਦੀ ਵੈਰੀਫਿਕੇਸ਼ਨ ਈਜ਼ੀਲੀ ਹੋ ਸਕਦੀ ਹੈ ਕਿ ਕਿੰਨੀ ਇਨਕਮ ਹੈਗੀ ਬੇਸਿਕਲੀ ਜਦੋਂ ਉਬਰ ਜਿਹੜਾ ਹੈ ਉਹਨਾਂ ਨੂੰ ਚੈੱਕ ਦੇ ਉੱਤੇ ਪੇਮੈਂਟ ਕਰਦਾ ਤੇ ਬੇਸਿਕਲੀ ਉਹ ਉਹਨਾਂ ਦੀ ਵਾਈਟ ਇਨਕਮ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਆ ਹਾਂਜੀ ਕਿ ਕਸਟਮਰ ਨੇ ਵੀ ਪੇ ਜਿਹੜਾ ਕਰਨਾ ਹੈ ਕਸਟਮਰ ਨੇ ਵੀ ਥਰੂ ਕ੍ਰੈਡਿਟ ਕਾਰਡ ਹੀ ਆਟੋਮੈਟਿਕ ਟ੍ਰਾਂਸਫਰ ਕਰਨੀ ਹੈ ਵੈਰੀ ਜੀ ਇਹਦੇ ਵਿੱਚ ਮੈਂ ਇਹਨਾਂ ਦੀ ਗੱਲ ਦੇ ਨਾਲ ਥੋੜਾ ਜਿਹਾ ਡਿਸਐਗਰੀ ਆ ਅੱਛਾ ਜੀ ਜਿਹੜਾ ਟੈਕਸੀ ਦੇ ਵਿੱਚ ਵੀ ਮੀਟਰ ਲੱਗਾ ਆ ਨਾ ਹਾਂ ਉਹ ਇੱਕ ਵੱਖਰੀ ਗੱਲ ਆ ਕਿ ਠੀਕ ਹੈ ਵੀ ਥੋੜ੍ਹਾ ਜਿਹਾ ਸਸਤਾ ਪੈਂਦਾ ਆ ਜਿਹੜਾ ਟੈਕਸੀ ਦੇ ਵਿੱਚ ਵੀ ਮੀਟਰ ਲੱਗਾ ਆ ਉਹਦਾ ਟਾਈਮ ਟੂ ਟਾਈਮ ਜਦੋਂ ਤੁਹਾਡੀ ਡਿਊਟੀ ਹੁੰਦੀ ਆ ਉਹਦੇ ਟ੍ਰਿਪ ਚੈੱਕ ਕੀਤੇ ਜਾਂਦੇ ਆ ਉਹ ਚੈੱਕ ਕੀਤੇ ਜਾਂਦੇ ਪਰ ਇਹਨਾਂ ਦਾ ਕਹਿਣਾ ਇਹ ਆ ਕਿ ਕੈਸ਼ ਦੇ ਵਿੱਚ ਪੈਸੇ ਇਹਨਾਂ ਨੂੰ ਮਿਲਦੇ ਆ ਔਰ ਇਹ ਪੂਰਾ ਟੈਕਸ ਜਿਹੜਾ ਪੇ ਨਹੀਂ ਕਰਦੇ ਦੇਖੋ ਜੀ ਜਦੋਂ ਚੈੱਕ ਤੇ ਵੀ ਮਿਲੇ ਹੋ ਆ ਤੁਸੀਂ ਡਿਕਲੇਅਰ ਤੁਸੀਂ ਕਰਨੇ ਆ ਜਦੋਂ ਤੁਹਾਡੀ ਆਡਿਟ ਹੁੰਦੀ ਆ ਆਡਿਟ ਦੇ ਵਿੱਚ ਨਹੀਂ ਡਿਕਲੇਅਰ ਕੀਤਾ ਤਾਂ ਉਹ ਕਰਵਾ ਲੈਂਦੇ ਆ ਜੀ ਭਾਈ ਆਪਾਂ ਆਪਣੀ ਪੈਰ ਦੇ ਉੱਤੇ ਆਪੇ ਕੁਲਾੜੀ ਜੜੀ ਮਾਰਦੇ ਆ ਬਿਲਕੁਲ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆਪਾਂ ਜਗ ਜ਼ਾਹਿਰ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਕੈਸ਼ ਮਨੀ ਹੁੰਦੀ ਹੈ ਚਾਹੇ ਉਹ ਟਰਕਿੰਗ ਇੰਡਸਟਰੀ 'ਚ ਹੈ ਜਾਂ ਟੈਕਸੀ ਇੰਡਸਟਰੀ ਵਿੱਚ ਤਾਂ ਟਿਪਸ ਵਗੈਰਾ ਵੀ ਤੁਹਾਨੂੰ ਮਿਲਦੀਆਂ ਨੇ ਯੂਨੋ ਉਹ ਸਾਰਾ ਅਨਅਕਾਊਂਟਡ ਹੋ ਜਾਂਦਾ ਉਹ ਇੱਕ ਤਰ੍ਹਾਂ ਦੀ ਪੈਰਲਲ ਇਕਨੋਮੀ ਚੱਲ ਰਹੀ ਹੈ ਜੀ ਉਹਦੇ 'ਚ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਸੀ ਕਿ ਉਹਦੇ 'ਚ ਟ੍ਰਿਪ ਸਿਸਟਮ ਹੁੰਦਾ ਲੇਕਿਨ ਭਾਜੀ ਡਿਊਟੀ 'ਤੇ ਨਾ ਜਦੋਂ ਤੁਸੀਂ ਡਿਊਟੀ ਕਰਾਉਣ ਜਾਂਦੇ ਆ ਹਾਂਜੀ ਤੁਹਾਡਾ ਟ੍ਰਿਪ ਜਿਹੜਾ ਹੈ ਉਹ ਨੋਟ ਕੀਤਾ ਜਾਂਦਾ ਉਸ ਟ੍ਰਿਪ 'ਤੇ ਦੱਸਿਆ ਜਾਂਦਾ ਕਿ ਲਾਸਟ ਟਾਈਮ ਇਸ ਮੀਟਰ 'ਤੇ ਇੰਨੇ ਪੈਸੇ ਸੀ ਜੀ ਜੀ ਇੰਨੇ ਟ੍ਰਿਪ ਸੀ ਹੁਣ ਇਹਦੇ ਇੰਨੇ ਪੈਸੇ ਮੀਟਰ ਸ਼ੋ ਕਰਦਾ ਤੇ ਇੰਨੇ ਟ੍ਰਿਪ ਆ ਉਹਨੂੰ ਵੀ ਤੁਸੀਂ ਜੇ ਪ੍ਰੋਪਰਲੀ ਉਹ ਚਾਹੁਣ ਉਹਨੂੰ ਕਰ ਸਕਦੇ ਆ ਬਿਲਕੁਲ ਬਿਲਕੁਲ ਇਹਦੇ ਕੋਈ ਦੂਜੀ ਰਾਏ ਨਹੀਂ ਮਨੀ ਜਿਹੜੀ ਆ ਮਨੀ ਵਾਈਟ ਵਾਲੀ ਗੱਲ ਨਹੀਂ ਹੈਗੀ ਸਸਤੀ ਵਾਲੀ ਮੈਂ ਗੱਲ ਦੇ ਨਾਲ ਜ਼ਰੂਰ ਲੇਕਿਨ ਜਿਹੜੇ ਕੰਜ਼ਿਊਮਰ ਨੇ ਨਾ ਦੀਪਕ ਸਾਹਿਬ ਉਹਨਾਂ ਨੂੰ ਬੜਾ ਜ਼ਿਆਦਾ ਇੱਕ ਸੌਖਾ ਹੋ ਗਿਆ ਨਾ ਉਹਨਾਂ ਨੇ ਕੈਸ਼ ਕੈਰੀ ਕਰਨਾ ਨਾ ਉਹਨਾਂ ਨੂੰ ਕ੍ਰੈਡਿਟ ਕਾਰਡ ਚਲਾਉਣ ਦੀ ਜ਼ਰੂਰਤ ਹੈ ਕਿਉਂਕਿ ਉਹਨਾਂ ਦੇ ਆਲਰੇਡੀ ਸਿਸਟਮ ਦੇ ਵਿੱਚ ਹੈਗਾ ਸੋ ਉਹਨਾਂ ਨਾਲ ਕੋਈ ਲੁੱਟਮਾਰ ਹੋਣੀ ਔਰ ਉਹਨਾਂ ਨਾਲ ਕੋਈ ਖੱਜਲ ਖਵਾਰੀ ਹੋਣੀ ਉਹ ਵੀ ਨਹੀਂ ਹੁੰਦੀ ਦੇਖੋ ਜੀ ਮਨਨ ਜੀ ਐਕਚੁਅਲੀ ਚੇਂਜ ਇਜ਼ ਕਨਸਟੈਂਟ ਤੇ ਚੇਂਜ ਨੂੰ ਜਿਹੜਾ ਨਾ ਐਕਸੈਪਟ ਕਰਨਾ ਬੜਾ ਔਖਾ ਆ ਇੱਕ ਕਾਲਰ ਨੇ ਜੀ ਹੋਰ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਆਪਾਂ ਏਵਨ ਟੈਕਸੀ ਤੋਂ ਬੋਲਦੇ ਜੀ ਰਜਿੰਦਰ ਕੁਮਾਰ ਜੀ ਹਾਂਜੀ ਹਾਂਜੀ ਕੁਮਾਰ ਸਾਹਿਬ ਬੋਲੋ ਤੁਹਾਡਾ ਤਾਂ ਬੜੇ ਚਿਰਾਂ ਦਾ ਡੀਕਣ ਨੇ ਜੀ ਹਾਂਜੀ ਅਰਜ਼ ਹੈਗੀ ਆ ਜੀ ਦੇਖੋ ਜਿਹੜੇ ਕੱਲ ਦੇ ਕਹਿ ਕੇ ਗਏ ਨਾ ਜੋ ਕੁਛ ਇਹ ਬਿਲਕੁਲ ਇਹਨਾਂ ਦੇ ਨਾਲ ਅਸੀਂ ਨਾ ਸਹਿਮਤੀ ਪ੍ਰਗਟ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਇੰਨੀ ਨੌਲੇਜ ਹੀ ਹੈ ਨਹੀਂ ਕਿ ਜੋ ਟੈਕਸੀ ਦੇ ਵਿੱਚ ਮੀਟਰ ਲੱਗਾ ਆ
ਉਸ ਮੀਟਰ ਦੇ ਉੱਤੇ ਅਸੀਂ ਐਚਐਸਟੀ ਕਸਟਮਰ ਕੋਲੋਂ ਲੈਂਦੇ ਤੇ ਐਚਐਸਟੀ ਉਹ ਅਸੀਂ ਪੇ ਕਰਦੇ ਹਾਂ ਸਿਟੀ ਨੂੰ। ਅੱਛਾ ਜੀ। ਜਦੋਂ ਅਸੀਂ ਟੈਕਸ ਭਰਦੇ ਹਾਂ ਤੇ ਐਚਐਸਟੀ ਅਸੀਂ ਕਲੇਮ ਕਰਦੇ ਹਾਂ, ਉਹ ਜਿਹੜੀ ਅਸੀਂ ਕਲੇਮ ਕੀਤੀ ਉਹ ਅਸੀਂ ਗੌਰਮੈਂਟ ਨੂੰ ਪੇ ਕਰਦੇ ਹਾਂ। ਅੱਛਾ ਜੀ। 6,000 ਡਾਲਰ ਐਚਐਸਟੀ ਪੇ ਕਰਦਾ ਹਰ ਇੱਕ ਡਰਾਈਵਰ। ਅੱਛਾ ਜੀ। ਗੌਰਮੈਂਟ ਨੂੰ ਪੇ ਕਰਦੇ, ਬਾਕੀ ਟੈਕਸ ਪੇ ਕਰਦੇ ਆ ਉਹ ਉਬਰ ਵਾਲੇ, ਨਾ ਕੋਈ ਟੈਕਸ ਪੇ ਕਰਦੇ ਆ ਨਾ ਉਹਨਾਂ ਨੇ ਟੈਕਸ ਪੇ ਕਰਨਾ। ਉਹ ਕਿਸ ਤਰੀਕੇ ਨਾਲ ਟੈਕਸ ਪੇ ਕਰਨਗੇ ਜਦੋਂ ਕਿ ਉਹ ਕਸਟਮਰ ਚੁੱਕਦੇ ਉਹਨਾਂ ਕੋਲ 30% ਉਬਰ ਵਾਲੇ ਕੱਟ ਲੈਂਦੇ ਆ, ਬਾਕੀ ਜੋ ਵੀ ਕੁਛ ਆ ਉਹਨਾਂ ਦੇ ਖਾਤੇ ਚ ਭੇਜ ਦਿੰਦੇ ਆ। ਜੇ ਕਸਟਮਰ ਚ ਮਤਲਬ ਉਹਦੇ ਵਿੱਚ ਚਲਾ ਜਾਂਦਾ ਪੀਰੀਅਡ ਆਫ ਟਾਈਮ ਦੇ ਵਿੱਚ ਜਿਹਦੇ ਵਿੱਚ ਮਤਲਬ ਟ੍ਰੈਫਿਕ ਹੁੰਦੀ ਆ, ਉਹ ਜੋ ਉਹਨੂੰ ਡਬਲ ਚਾਰਜ ਕਰਦੇ ਆ, 2.5 ਚਾਰਜ ਕਰਦੇ ਆ। ਅੱਛਾ ਜੀ। ਫਿਰ ਵੀ ਕਸਟਮਰ ਜਿਹੜਾ ਵਾ ਉਹ ਜਦੋਂ ਉਹਨਾਂ ਦਾ ਘਰ ਬਿੱਲ ਪਾਉਂਦਾ ਜਾਂ ਉਹਨਾਂ ਦਾ ਬਿੱਲ ਹੁੰਦਾ ਉਸ ਵੇਲੇ ਉਹਨਾਂ ਨੂੰ ਪਤਾ ਲੱਗਦਾ, ਫਿਰ ਉਬਰ ਨੂੰ ਛੱਡਦੇ ਆ ਕਸਟਮਰ, ਫਿਰ ਸਾਡੇ ਕੋਲ ਆ ਕੇ ਰੋਂਦੇ ਵੀ ਆ ਟੈਕਸੀ ਵਾਲਿਆਂ ਕੋਲ ਕਿ ਸਾਨੂੰ ਟੈਕਸੀ ਹੀ ਚੰਗੀ ਆ। ਨਹੀਂ ਉਹ ਤਾਂ ਉਹਨਾਂ ਦਾ ਪ੍ਰਾਈਸਿੰਗ ਮਾਡਲ ਹੀ ਸਰਜ ਪ੍ਰਾਈਸਿੰਗ ਦੇ ਉੱਤੇ ਹੈ। ਤੁਸੀਂ ਨਾ ਤੁਸੀਂ ਲਾਈਨ ਨੂੰ ਹੋਲਡ ਕਰੋ ਜੀ ਇੱਕ ਮਿੰਟ, ਕੱਟਿਓ ਨਾ। ਹਾਂਜੀ ਮਨੋਜ ਜੀ। ਦੇਖੋ ਉਬਰ ਦਾ ਜਿਹੜਾ ਪ੍ਰਾਈਸਿੰਗ ਮਾਡਲ ਹੈ ਨਾ ਕੰਜ਼ਿਊਮਰਸ ਵਾਸਤੇ ਵੀ ਔਰ ਡਰਾਈਵਰਸ ਵਾਸਤੇ ਵੀ ਉਹ ਜਗ ਜ਼ਾਹਿਰ ਹੈ, ਉਹਨਾਂ ਨੇ ਆਲਰੇਡੀ ਡਿਕਲੇਅਰ ਕੀਤਾ ਹੋਇਆ ਡਿਮਾਂਡ ਐਂਡ ਸਪਲਾਈ 'ਤੇ ਹੈ। ਜੇ ਸਪਲਾਈ ਉਹਨਾਂ ਕੋਲ ਜ਼ਿਆਦਾ ਹੈਗੀ ਹੈ ਤਾਂ ਪ੍ਰਾਈਸਿੰਗ ਘੱਟ ਜਾਣਗੇ, ਜੇ ਡਿਮਾਂਡ ਜ਼ਿਆਦਾ ਹੈ ਤਾਂ ਪ੍ਰਾਈਸ ਵੱਧ ਜਾਏਗੀ। ਜਿਸ ਤਰ੍ਹਾਂ ਅੱਜ ਹੋਇਆ ਟੋਰਾਂਟੋ ਵਿੱਚ ਟੈਕਸੀਆਂ, ਆਮ ਜਿਹੜੀਆਂ ਟੈਕਸੀਆਂ ਸੀਗੀਆਂ ਉਹ ਔਨ ਸਟ੍ਰਾਈਕ ਸੀਗੀਆਂ ਜਾਂ ਯੂਨੋ ਉੱਥੇ ਰੋਸ ਜ਼ਾਹਿਰ ਕਰ ਰਹੀਆਂ ਸੀਗੀਆਂ, ਸੋ ਅਵੇਲੇਬਲ ਨਹੀਂ ਹੋਈਆਂ। ਸੋ ਉਬਰ ਦੀ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ, ਉਹਨਾਂ ਕੋਲ ਡਰਾਈਵਰ ਲਿਮਿਟਿਡ ਸੀਗੇ ਲੇਕਿਨ ਡਿਮਾਂਡ ਜ਼ਿਆਦਾ ਸੀ, ਉਹਨਾਂ ਨੇ ਜ਼ਿਆਦਾ ਪੈਸੇ ਚਾਰਜ ਕੀਤੇ ਔਰ ਕੰਜ਼ਿਊਮਰ ਦੇਣ ਨੂੰ ਤਿਆਰ ਹੈ। ਇੱਕ ਹੋਰ ਇੱਕ ਦੇਖੋ ਇੱਥੇ ਗੱਲ ਆ ਗਈ ਨਾ ਤੁਹਾਡੇ ਵਾਲੀ ਗੱਲ, ਜਿਹੜੀ ਆ ਜਿਹੜੀ ਉਬਰ ਹੈਗੀ ਆ ਜੀ ਜੀ ਉਹ ਡਿਮਾਂਡ ਦੇ ਹਿਸਾਬ ਨਾਲ ਚੱਲਦੀ ਆ ਕਿ ਜਿੱਦਣ ਸਾਨੂੰ ਜੀ ਕਰਦਾ ਸੀ ਜੋ ਮਰਜ਼ੀ ਚਾਰਜ ਕਰੀਏ, ਜਿੱਦਣ ਨਹੀਂ। ਇਹਨਾਂ ਦੇ ਵਿੱਚ ਜੋ ਟੈਕਸੀ ਦੇ ਵਿੱਚ ਮੀਟਰ ਲੱਗੇ ਹੋਏ ਆ ਉਹ ਚਾਹੇ ਸਨੋਅ ਪਵੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਉਹ ਸੇਮ ਹੁੰਦਾ। ਦੂਸਰੀ ਗੱਲ ਇੱਥੇ ਇਹ ਆ ਕਿ ਅਗਰ ਉੱਦਣ ਪਤਾ ਲੱਗਦਾ ਆ ਕਿ ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਗਿਆ ਜਦੋਂ ਤੁਸੀਂ ਟੈਕਸੀ ਦੇ ਵਿੱਚ ਬੈਠੇ ਆ, ਅਤੇ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਦੇ ਥੱਲੇ ਕਵਰਡ ਆ ਕਿਉਂਕਿ ਕਮਰਸ਼ੀਅਲ ਇੰਸ਼ੋਰੈਂਸ। ਦੂਸਰੀ ਹੈਗੀ ਪ੍ਰਾਈਵੇਟ ਇੰਸ਼ੋਰੈਂਸ, ਉਹਦੇ ਵਿੱਚ ਜੇ ਤੁਹਾਡੇ ਨਾਲ ਦਾ ਬੰਦਾ ਇਹ ਕਹਿ ਦੇਵੇ ਕਿ ਮੈਂ ਇਹਦੇ ਤੋਂ ਪੇਡ ਰਾਈਡ ਲੈ ਰਿਹਾ ਸੀ ਤੇ ਤੁਹਾਡਾ ਕਲੇਮ ਜਿਹੜਾ ਆ ਬਿਲਕੁਲ ਡਿਨਾਈ ਹੋ ਜਾਂਦਾ ਆ, ਤੁਹਾਨੂੰ ਤੁਸੀਂ ਬਿਲਕੁਲ ਕਵਰ ਨਹੀਂ ਗਏ। ਅਸੀਂ ਰਜਿੰਦਰ ਜੀ ਤੁਸੀਂ ਇੱਕ ਲਾਈਨ ਹੋਲਡ ਕਰੋ ਕਿਉਂਕਿ ਇੱਕ ਕਾਲਰ ਹੋਰ ਨੇ ਜੀ, ਉਹ ਵੀ ਲੈ ਲਈਏ ਨਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਭਾਈ ਜੀ, ਮਹਿੰਦਰ ਸਿੰਘ ਪੁੱਛ ਤੋਂ ਬੋਲਦਾ ਪੀਟਰੋ ਤੋਂ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ ਬਾਈ, ਤੇ ਸਪੈਸ਼ਲੀ ਤੁਹਾਡੇ ਗੈਸਟ ਆਇਆ ਜੱਸੀ ਸਰਾਏ ਨੂੰ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਤੇ ਕੈਸੀ ਜੱਸੀ ਸਰਾਏ ਜੀ ਗੱਲ ਕਹਿ ਰਹੇ ਆ, ਉਹ ਕਹਿ ਰਹੇ ਇੱਦਾਂ ਵੀ ਜਿਹੜੀ ਹੁਣ ਮੀਟਰ ਆ ਉਹ ਜ਼ਰੂਰੀ ਆ, ਕਿਉਂਕਿ ਜਿਹੜੀ ਇੰਗਲੈਂਡ ਅਸੀਂ ਜਦੋਂ ਫਾਇਰ ਫਾਈਟਰ ਸੀ, ਮੈਂ ਅਸੀਂ ਇੰਗਲੈਂਡ ਟੈਕਸੀ ਚਲਾਉਂਦੇ ਸੀ ਪਾਰਟ ਟਾਈਮ ਉਦੋਂ, ਤੇ ਉਦੋਂ ਗੱਲ ਸੀ ਵੀ ਮੀਟਰ ਜ਼ਰੂਰੀ ਹੁੰਦਾ ਸੀਗਾ, ਤੇ ਜਿਹੜੀ ਪਲੇਨ ਲੱਗਣੀ ਉਹ ਜ਼ਰੂਰੀ ਹੁੰਦੀ ਸੀ। ਤੇ ਇਹ ਜ਼ਰੂਰੀ ਹੈ ਕਿ ਜਿਹੜਾ ਮੀਟਰ ਹੁਣ ਐਨੀ ਟਾਈਮ ਪਲੀਜ਼ ਹੁਣ ਟੋਪ ਕਰ ਸਕਦੇ ਸੀ ਵੀ ਆਰ ਯੂ ਰਨਿੰਗ ਦ ਮੀਟਰ ਔਰ ਨਾਟ। ਔਨ ਦੀ ਅਦਰ ਹੈਂਡ ਜਿਹੜੀ ਦੂਜੀ ਗੱਲ ਕਰਦੇ ਇੰਸ਼ੋਰੈਂਸ ਬਾਰੇ, ਇਟਸ ਵੈਰੀ ਇੰਪੋਰਟੈਂਟ ਜਿਹੜੀ ਇੰਸ਼ੋਰੈਂਸ ਹੈਗੀ ਆ, ਬਿਕਾਜ਼ ਵਿਦਾਊਟ ਦੈਟ ਉਹਨਾਂ ਕੋਲ ਕਵਰੇਜ ਹੈਗੀ ਕਿ ਨਹੀਂ ਹੈਗੀ ਜਿਹੜੇ ਚਲਾ ਰਹੇ ਆ। ਜਿਹੜੇ ਆਪਣੀ ਇੰਸ਼ੋਰੈਂਸ ਟੈਕਸੀ ਵਾਲੇ ਆ, ਦੇ ਗੋਟ 100% ਇੰਸ਼ੋਰੈਂਸ, ਉਹਨਾਂ ਕੋਲ ਹੁੰਦੀ ਸਾਰੀ ਕਵਰੇਜ, ਕਿਉਂਕਿ ਸਿਟੀ ਜੋ ਆ ਤੁਹਾਡਾ ਜਦੇ ਤੁਹਾਨੂੰ ਪੁੱਲ ਕਰਕੇ ਤੁਹਾਡੀਆਂ ਪਲੇਟਾਂ ਵਗੈਰਾ ਲਾ ਲੈਂਦੀ ਆ ਅਗਰ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ। ਇਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਬ੍ਰੋਕਰ ਆ, ਬ੍ਰੋਕਰ ਦੀ ਜ਼ਿੰਮੇਵਾਰੀ ਆ ਕਿ ਅਗਰ ਇੰਸ਼ੋਰੈਂਸ ਕੈਂਸਲ ਹੁੰਦੀ ਆ ਤਾਂ ਉਹਨੂੰ ਕੈਂਸਲੇਸ਼ਨ ਨੋਟ ਭੇਜਣਾ ਪੈਂਦਾ। ਇੱਥੇ ਇਹਦੇ 'ਤੇ ਕੋਈ ਦੇਣ ਲੈਣ ਨਹੀਂ ਹੈਗਾ ਕਿ ਤੁਸੀਂ ਕਿਸ ਤਰ੍ਹਾਂ ਕਰ ਰਹੇ ਆ ਕਿਸ ਤਰ੍ਹਾਂ ਨਹੀਂ ਕਰ ਰਹੇ। ਤੁਸੀਂ ਆਪਣੀ ਗੱਡੀ ਚੱਕੀ ਪੀਜ਼ਾ ਡਿਲੀਵਰ ਕਰਿਓ, ਤੁਸੀਂ ਆਪਣੀ ਗੱਡੀ ਚੱਕੀ ਆ ਅਤੇ ਕਸਟਮਰ ਡਿਲੀਵਰ ਕਰ ਦਿਓ। ਬਹੁਤ 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 ਥੈਂਕ ਯੂ ਜੀ ਤੁਹਾਡਾ। ਕੁਮਾਰ ਸਾਹਿਬ ਐਂਡ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੁੰਦੇ ਕਿਉਂਕਿ ਸਾਡੇ ਕੋਲ ਮਿੰਟ ਦੋ ਹੀ ਰਹਿ ਗਏ ਔਰ ਅਸੀਂ ਤਿੰਨ ਚਾਰ ਖਬਰਾਂ ਹੋਰ ਵੀ ਡਿਸਕਸ ਕਰਨ। ਮੈਂ ਇੱਕ ਚੀਜ਼ ਇਹੋ ਹੀ ਕਹਿਣਾ ਚਾਹੁੰਦਾ ਜੀ, ਸਾਰੇ ਮਤਲਬ ਦੇਖੋ ਜੋ ਵੀ ਇਹ ਚੱਲ ਰਿਹਾ ਸਿਸਟਮ ਉਬਰ ਦਾ, ਉਹ ਨਾ ਤੇ ਕੋਈ ਟੈਕਸ ਪੇ ਕਰਦੇ ਗੌਰਮੈਂਟ ਨੂੰ, ਨਾ ਜਿਹੜਾ ਕੋਈ ਡਰਾਈਵਰ ਮੰਨ ਲਓ $100 ਬਣਾ ਕੇ ਜਾ ਰਿਹਾ ਜੋਬ ਤੇ ਜਾਂਦਾ ਤੇ ਆਪਣਾ ਵਾਪਸ ਆਉਂਦਾ ਆਪਣਾ ਆਨ ਕਰਦਾ ਸੈਲਫੋਨ ਤੇ ਬਸ ਆਪਣਾ ਖਿੱਚੀ ਜਾਂਦਾ ਕੰਮ ਨੂੰ, ਜੇ ਉਹ $100 ਲੈ ਕੇ ਘਰ ਨੂੰ ਜਾਂਦਾ ਉਹ $100 ਚੋਂ ਕੋਈ ਟੈਕਸ ਪੇ ਕਰਦਾ $13 ਗੌਰਮੈਂਟ ਨੂੰ? ਜਦੋਂ ਅਸੀਂ ਸਾਰੀ ਦਿਹਾੜੀ ਮਤਲਬ ਸੀਟ ਦੇ ਉੱਤੇ ਬੈਠ ਕੇ ਕੰਮ ਕਰਦੇ ਹਾਂ, ਮੀਟਰ ਸਾਡਾ ਚੱਲਦਾ, ਸਾਨੂੰ ਸਿਟੀ ਵਾਲੇ ਸਾਡੀਆਂ ਕਾਲਾਂ ਵੀ ਕਢਵਾ ਕੇ ਦੇਖਦੇ ਆ ਤੇ ਇੰਨੀਆਂ ਕਾਲਾਂ ਲਾਈਆਂ, ਕਦੀ ਵੀ ਰੈਵਨਿਊ ਕਰੇਟਾ ਦੇ ਸਾਰੀਆਂ ਜੋ ਵੀ ਆਡਿਟ ਕਰਾ ਸਕਦੇ ਆ। ਜੇ ਅਸੀਂ ਟੈਕਸ ਨੀ ਪੇ ਕਰਦੇ ਤਾਂ ਟੈਕਸੀਆਂ ਇੰਨੀਆਂ ਚੱਲਦੀਆਂ ਕਿੱਦਾਂ? ਗੌਰਮੈਂਟ ਦਾ ਮਤਲਬ ਅੰਨੀ ਹੋਈ ਹੈ ਇਸ ਟਾਈਮ, ਸੋਰੀ ਇਹੋ ਜਿਹਾ ਲਫ਼ਜ਼ ਬਦਲਦਾ ਪਿਆ, ਜੇ ਇਹਨਾਂ ਨੂੰ ਇੰਨਾ ਨੀ ਪਤਾ ਲੱਗਦਾ ਕਿ ਮਤਲਬ ਬੰਦਾ ਕੋਈ ਟੈਕਸ ਹੀ ਨੀ ਪੇ ਕਰ ਰਿਹਾ, ਦੇਖੋ ਉਹ ਉਹਨੂੰ ਫਿਰ ਵੀ ਲੋਕ ਅੱਜ ਇੰਨੀ ਦੁਨੀਆਂ ਦੀ ਟੈਕਸੀ ਜਿਹੜੀ ਆ ਫੰਡ ਉਹਦੇ ਵਿੱਚ ਪਹੁੰਚੀ ਆ, ਕੀ ਗੱਲ ਜੇ ਉਹ ਸੌਖੇ ਆ ਬੰਦੇ ਟੈਕਸੀ ਵਾਲੇ ਤੇ ਉਹ ਫਿਰ ਉੱਥੇ ਹੜਤਾਲ ਕਰਨ ਕੱਲ੍ਹ ਵਾਸਤੇ ਜਾਣ।
ਅਸੀਂ ਉਸ ਪਿਛਲੀ ਵਾਰ ਸਿਟੀ ਹਾਲ ਦੇ ਵਿੱਚ ਗਏ ਹਾਂ, ਕਿਸੇ ਨੇ ਸਾਡੀ ਕੋਈ ਗੱਲ ਨੀ ਸੁਣੀ। ਸਿਰਫ ਇੰਨਾ ਕਿ ਮੇਰੇ ਇੰਨਾ ਹੀ ਲਫ਼ਜ਼ ਬੋਲੀ ਜਾ ਰਿਹਾ ਕਿ ਉਬਰ 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 ਬ੍ਰੈਂਪਟਨ ਦੇ ਮੇਅਰ ਜਿਹੜੇ ਲਿੰਡਾ ਜੈਫਰੀ ਨੇ ਉਹ ਲਾਸਟ ਤੋਂ ਲਾਸਟ ਵੀਕ ਆਏ ਸੀ ਔਰ ਉਹਨਾਂ ਨੇ ਕਿਹਾ ਕਿ ਉਹ ਬਹੁਤ ਇੱਕ ਸਖ਼ਤ ਕਾਨੂੰਨ ਜਿਹੜਾ ਇਹਦੇ ਵਿੱਚ ਲੈ ਕੇ ਆਉਣਗੇ। ਹਾਲਾਂਕਿ ਉਹਨਾਂ ਦੀ ਕਿੰਨੀ ਕੁ ਚੱਲਦੀ ਹੈ ਜੀ ਉਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੂਗਾ। ਤੁਸੀਂ ਸਾਨੂੰ ਕਾਲ ਕੀਤਾ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਪਲੀਜ਼ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਦੀਪਕ ਜੀ, ਦੇਖੋ ਇਹ ਕੰਟਰੀ ਬਹੁਤ ਜ਼ਿਆਦਾ ਵਧੀਆ ਕੰਟਰੀ ਆ, ਪੀਸਫੁਲ ਕੰਟਰੀ ਆ, ਇਹੋ ਹੀ ਕਿਤੇ ਇੰਡੀਆ ਹੁੰਦਾ ਇਹੋ ਜਿਹਾ ਸਾਰਤਾ ਵਾ, ਤੇ ਅੱਜ ਜਿਸ ਤਰ੍ਹਾਂ ਇਕੱਠ ਇਕੱਠਾ ਹੋਇਆ ਜੀ, ਉਹ ਇਸ ਤਰ੍ਹਾਂ ਦੁਨੀਆਂ ਦੇਖਦੀ ਕੀ ਬਣ ਗਿਆ, ਮਤਲਬ ਇਹ ਸਕਾਈ ਦਾ ਰੰਗ ਹੀ ਸੜਕ ਦੇ ਤੇ ਆਇਆ ਹੁੰਦਾ। ਬਹੁਤ ਬਹੁਤ ਜ਼ਿਆਦਾ ਆਸਤ ਹੋ ਗਈ ਸਾਡੀ ਟੈਕਸੀ ਇੰਡਸਟਰੀ, ਇਹਨਾਂ ਸਾਡਾ ਬਿਜ਼ਨਸ ਲੂਜ਼ ਹੋ ਗਿਆ ਇਸ ਉਬਰ ਦੇ ਕਰਕੇ ਕਿ ਲੋਕਾਂ ਦੀ ਨੀਂਦ ਖਰਾਬ ਕਰ ਦਿੱਤੀ ਇਹਨਾਂ ਨੇ ਸਾਡੀ। ਬਹੁਤ ਸਿਰਫ ਜੋਨ ਟੋਰੀ ਦਾ ਕਸੂਰ ਆ ਸਾਰਾ, ਬਹੁਤ ਕਿਸੇ ਦਾ ਕੋਈ ਕਸੂਰ ਨਹੀਂ ਗਾ ਜੀ। ਟ੍ਰਿਪਲ ਆਈ ਦਾ ਫਾਰਮੂਲਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਤਾਂ ਗੱਡੀਆਂ ਦੀ ਇੰਸਪੈਕਸ਼ਨ ਹੋਣੀ ਚਾਹੀਦੀ ਹੈ, ਡਰਾਈਵਰਸ ਦੀ ਪ੍ਰੋਪਰ ਉਹਨਾਂ ਦੀ ਅਥੈਂਟੀਕੇਸ਼ਨ ਹੋਵੇ, ਗੱਡੀ ਆਈਡੈਂਟੀਫਾਈ ਵੀ ਬਹੁਤ ਜ਼ਰੂਰੀ ਹੈ। ਜਿਹੜੀ ਗੱਡੀ ਟੈਕਸੀ ਚੱਲ ਰਹੀ ਨਾ, ਉਹ ਆਈਡੈਂਟੀਫਾਈ ਬਾਹਰੋਂ ਪਤਾ ਚੱਲੇ ਕਿ ਟੈਕਸੀ ਚੱਲ ਰਹੀ ਹੈ। ਤੀਸਰਾ ਹੈਗਾ ਕਿ ਉਹਦੀ ਜਿਹੜੀ ਇੰਸ਼ੋਰੈਂਸ ਹੈ ਉਹ ਕਮਰਸ਼ਲੀ ਰੇਟਸ 'ਤੇ ਹੋਣੀ ਚਾਹੀਦੀ ਹੈ, ਔਰ ਜਿਹੜਾ ਕੰਜ਼ਿਊਮਰ ਆ ਉਹਨੂੰ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ। ਜੇ ਤਿੰਨੋਂ ਚੀਜ਼ਾਂ ਹੋਣ ਤਾਂ ਮੈਂ ਸਮਝਦਾ ਉਬਰ ਔਰ ਜਿਹੜੀ ਆਮ ਟੈਕਸੀ ਇੰਡਸਟਰੀ ਹੈ ਉਹਦੇ ਕਾਫੀ ਡਿਫਰੈਂਸਿਸ ਦੂਰ ਹੋ ਜਾਣਗੇ। ਮਨਨ ਜੀ, ਤੁਸੀਂ ਰੋਡ ਸੇਫਟੀ ਦੇ ਨਾਲ ਪਿਛਲੇ 15 ਸਾਲ ਤੋਂ ਜੁੜੇ ਹੋ ਜੀ, ਔਰ ਟਾਕ ਸ਼ੋਅ ਵੀ ਤੁਹਾਡੇ ਬਹੁਤ ਆਉਂਦੇ ਨੇ, ਐਂਡ ਸਾਨੂੰ ਬੜਾ ਮਾਣ ਹੈ ਕਿ ਤੁਸੀਂ ਸਾਡੀ ਟੀਮ ਦੇ ਵਿੱਚ ਹੋ। ਨਹੀਂ ਨਹੀਂ ਜੀ, ਕਿਉਂ ਜੱਸੀ ਭਾਈ, ਕਿਉਂਕਿ ਬੇਸਿਕਲੀ ਜੋ ਇਹਨਾਂ ਨੇ ਗੱਲ ਕਹਿਣੀ ਹੈ ਬੜੀ ਇੱਕ ਪਾਏਦਾਰ ਜੀ ਗੱਲ ਇਹਨਾਂ ਨੇ ਕਹਿਣੀ, ਕਿਉਂਕਿ ਰੋਡ ਸੇਫਟੀ ਦੇ ਨਾਲ ਜੁੜੇ ਹੋਏ ਨੇ, ਰੋਡ ਟੂ ਡੇ ਮੈਗਜ਼ੀਨ ਕੱਢਦੇ ਨੇ, ਇਹਨਾਂ ਦੇ ਵੱਲੋਂ ਜਿਹੜੇ 3 ਸੁਝਾਅ ਟ੍ਰਿਪਲ ਆਈਜ਼ ਆ, ਮੈਨੂੰ ਲੱਗਦਾ ਕਿ ਜੌਨ ਟੋਰੀ ਸਾਹਿਬ ਕੋਲੋਂ ਵੀ ਆਪਾਂ ਨੂੰ ਇਹ ਗੱਲ ਜਿਹੜੀ ਆ ਪਹੁੰਚਾਉਣੀ ਪਊਗੀ। ਔਰ ਮੈਂ ਕੋਸ਼ਿਸ਼ ਕਰਦਾ, ਉਹ ਤੁਹਾਡਾ ਪ੍ਰੋਮਿਸ ਕਰਦੇ ਹਾਂ ਕਿ ਜੌਨ ਟੋਰੀ ਸਾਹਿਬ ਜਿਹੜੇ ਆ ਉਹ ਐਟਲੀਸਟ ਸਾਡੇ ਸਟੂਡੀਓ ਦੇ ਵਿੱਚ ਆਉਣਗੇ, ਜੇ ਨਹੀਂ ਆਉਣਗੇ ਤਾਂ ਸਾਡਾ ਕੈਮਰਾ ਉਹਨਾਂ ਦੇ ਆਫਿਸ ਦੇ ਵਿੱਚ ਜ਼ਰੂਰ ਜਾਊਗਾ, ਤੁਹਾਡੇ ਬਿਹਾਫ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਮੇਰਾ ਖਿਆਲ ਲਾਸਟ ਕਾਲਰ ਹੈ, ਆਪਾਂ ਉਹ ਕਾਲ ਮੇਰਾ ਖਿਆਲ ਨਹੀਂ ਲੈ ਸਕਦੇ ਜਾਂਦੇ ਜਾਂਦੇ। ਮਨਨ ਜੀ, ਇੱਕ ਤਾਂ ਜਿਹੜੀਆਂ ਹੋਟਲੇਨਸ ਬਾਰੇ ਪਲੀਜ਼ ਜਾਣਕਾਰੀ ਸਾਨੂੰ। ਬਿਲਕੁਲ ਜੀ, ਦੇਖੋ ਹੋਟਲੇਨਸ ਦੀ ਅਨਾਊਂਸਮੈਂਟ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਸਟੀਵਨ ਡੈਲਡੂਕਾ ਜਿਹੜੇ ਮੰਤਰੀ ਨੇ, ਸਾਡੇ ਟਰਾਂਸਪੋਰਟੇਸ਼ਨ ਮੰਤਰੀ, ਉਹਨਾਂ ਨੇ ਕੀਤੀ ਹੈ। ਜਿਹੜੀ ਸਮਰ ਆ ਰਹੀ ਅਗਲੇ ਸਾਲ ਦੀ 2016 ਦੀ, ਉਸ ਵੇਲੇ QEW ਦਾ ਜਿਹੜਾ ਇੱਕ ਹਿੱਸਾ ਹੈਗਾ ਟ੍ਰੈਫੈਲਗਲ ਰੋਡ ਜਿਹੜੀ ਓਕਵਿਲ ਤੋਂ ਲੈ ਕੇ ਬਰਲਿੰਗਟਨ ਦੀ ਜਿਹੜੀ ਹੈਗੀ ਹੈ ਗਲਫ ਲਾਈਨ, ਉੱਥੇ ਤੱਕ 15.5 ਜਿਹੜੀ ਕਿਲੋਮੀਟਰ ਦਾ ਜ਼ੋਨ ਹੈਗਾ ਉਹ HOT ਲੇਨਸ ਦੇ ਵਿੱਚ ਕਨਵਰਟ ਹੋ ਜਾਏਗਾ। ਬੇਸਿਕਲੀ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ ਕਿ ਇੱਕ ਹੋਰ ਧੱਕਾਸ਼ਾਹੀ ਜਿਹੜੀ ਆ ਆਉਣ ਲੱਗੀ ਆ। ਦੇਖੋ ਧੱਕਾਸ਼ਾਹੀ ਨਹੀਂ ਹੈ, ਦੇਖੋ ਮੈਂ ਇਹਨੂੰ ਧੱਕਾਸ਼ਾਹੀ ਨਹੀਂ ਕਹੂੰਗਾ, ਜਿਹੜਾ ਟੋਲ ਤੇ ਪੈਸੇ ਤੇ ਲੱਗਣੇ ਜੱਸੀ ਭਾਜੀ, ਇਹ ਜਿਹੜੀਆਂ ਹੌਟ ਲੇਨਸ ਬਣਾ ਰਹੇ ਆ, ਇਹ ਟੋਲ ਰੂਟ ਜਿਹੜਾ ਬਣਾ ਰਹੇ ਬੇਸਿਕਲੀ। ਦੇਖੋ 407 ਹੈ, ਤੁਸੀਂ ਯੂਜ਼ ਕਰਦੇ ਹੋ, ਜੱਸੀ ਭਾਜੀ ਯੂਜ਼ ਕਰਦੇ ਨੇ, ਮੈਂ ਯੂਜ਼ ਕਰਦਾ, ਸਾਨੂੰ ਧੱਕਾ ਨਹੀਂ ਲੱਗਦਾ ਕਿਉਂਕਿ ਸਾਨੂੰ ਕਨਵੀਨੀਅੰਟ ਹੈ, ਸਾਨੂੰ ਲੱਗਦਾ ਕਿ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਇਸੇ ਤਰ੍ਹਾਂ ਕੰਜ਼ਿਊਮਰਸ ਨੂੰ ਉਬਰ ਕਨਵੀਨੀਅੰਟ ਹੈ, ਪਰ ਹੈਗਾ ਤੇ ਧੱਕਾ ਹੀ ਹੈ ਨਾ ਗਵਰਨਮੈਂਟ ਦਾ। ਨਹੀਂ, ਲੇਕਿਨ ਉਹਦੇ ਵਿੱਚ ਰੈਗੂਲੇਸ਼ਨ ਘੱਟ ਹੈ, ਇਹਦੇ ਵਿੱਚ HOT ਜਿਹੜੀ ਲੇਨਸ ਹੈ ਸਰਕਾਰ ਪੂਰੇ ਧਰਲੇ ਨਾਲ ਅਨਾਊਂਸ ਕਰ ਰਹੀ ਹੈ, ਲੋਕਾਂ ਨੂੰ ਮੌਕਾ ਦੇ ਰਹੀ ਹੈ ਕਿ ਤੁਸੀਂ ਐਜ਼ ਅ ਪਾਇਲਟ ਪ੍ਰੋਜੈਕਟ ਇਹਨੂੰ ਯੂਜ਼ ਕਰੋ, ਔਰ ਜੇ ਸਫਲ ਹੁੰਦਾ ਤੇ ਜਿਹੜਾ ਹਾਈਵੇ 427 ਹੈ 2021 ਤੱਕ ਰਦਰਫੋਰਡ ਰੋਡ ਤੱਕ ਪਹੁੰਚ ਜਾਣਾ ਹੈ। ਸੋ ਹਾਈਵੇ 409 ਤੋਂ ਲੈ ਕੇ ਰਦਰਫੋਰਡ ਰੋਡ ਤੱਕ ਇੱਕ ਡੈਡੀਕੇਟਿਡ HOT ਲੇਨ ਆ ਜਾਏਗੀ। ਅੱਛਾ, ਸੋ ਇਹਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ ਐਡ ਕਰੂੰਗਾ, ਜੋ ਜਿਸ ਤਰ੍ਹਾਂ ਇਹ ਕਹਿ ਰਹੇ ਆ ਨਾ, ਉਹ ਗੇਮ ਰਹਿ ਗਈ ਆ ਜੀ ਪੈਸੇ ਵਾਲੀ ਦੀ ਜੀ ਜੀ, ਆਪਣੇ ਇੱਕ ਹਿਊਮਨ ਰਾਈਟਸ ਨਾਂ ਦੀ ਚੀਜ਼ ਆ ਜੀ, ਜਿਹਦੇ ਕਰਕੇ ਜਦੋਂ ਆਪਾਂ ਇਮੀਗ੍ਰੇਸ਼ਨ ਸਾਈਡ ਨੂੰ ਦੇਖਦੇ ਹਾਂ ਨਾ ਜੀ ਜੀ, ਆਪਾਂ ਇੰਡੀਆ ਤੋਂ ਕਿਸੇ ਦਾ ਵੀਜ਼ਾ ਲਵਾਉਣਾ ਹੁੰਦਾ ਤਾਂ ਉਹਦੇ ਵੀਜ਼ੇ ਨੂੰ ਆਪਾਂ ਇੱਥੋਂ ਆਪਣਾ ਪੈਸਾ ਸ਼ੋਅ ਕਰਕੇ ਨਹੀਂ ਲਗਾ ਸਕਦੇ। ਕਈ ਵਾਰੀ ਅਸੀਂ ਗਰੰਟੀ ਦੇਣ ਨੂੰ ਵੀ ਤਿਆਰ ਹੁੰਦੇ, ਉਹ ਕਹਿੰਦੇ ਜੀ ਬਿਕਾਜ਼ ਆਫ ਹਿਊਮਨ ਰਾਈਟਸ, ਤੁਹਾਨੂੰ ਯਾਦ ਹੋਣਾ ਆ VC ਦੇ ਤੋਂ MP ਜੀ ਜੀ ਸੀਗੇ, ਉਹਨਾਂ ਨੇ ਟਰਾਈ ਕੀਤੀ ਸੀ ਤਾਂ ਉਹਨਾਂ ਨੂੰ ਬਾਅਦ ਵਿੱਚ ਮਾਫ਼ੀ ਮੰਗ ਕੇ ਬਾਹਰ ਨਿਕਲਣਾ ਪਿਆ ਕਿਉਂਕਿ ਇਹ ਹਿਊਮਨ ਰਾਈਟਸ ਦੇ ਅਗੇਂਸਟ ਆ। ਹੁਣ ਹਿਊਮਨ ਰਾਈਟਸ ਦੇ ਤੌਰ 'ਤੇ ਜੇ ਅਸੀਂ ਦੇਖਦੇ ਹਾਂ, ਜਿਹੜੇ ਬੰਦੇ ਕੋਲ ਪੈਸੇ ਨਹੀਂ ਹੈਗੇ ਤਾਂ ਉਹ ਲਾਈਨ ਨਹੀਂ ਯੂਜ਼ ਕਰੂਗਾ, ਤੁਹਾਨੂੰ ਉਸੇ ਟ੍ਰੈਫਿਕ ਦੇ ਵਿੱਚ ਖੜਾ ਰਹਿਣਾ ਪਊਗਾ, ਇਕੁਅਲਟੀ ਮੈਂ ਨਹੀਂ ਉਹਨੂੰ ਸਮਝਦਾ ਹੈਗਾ। ਜਾਂਦੇ ਜਾਂਦੇ ਮਨਨ ਜੀ, ਤੁਸੀਂ ਤੁਹਾਡੀ ਮੈਂ ਇੱਕ ਟਿੱਪਣੀ ਜਿਹੜੀ ਆ ਜ਼ਰੂਰ ਆਪਣੇ ਦੇਖਣ ਵਾਲਿਆਂ ਨਾਲ ਸਾਂਝੀ ਕਰਨਾ ਚਾਹੂੰਗਾ, ਜਿਹੜੀ ਡੋਨਲਡ ਟਰੰਪ ਨੇ ਮੁਸਲਮਾਨਾਂ ਦੇ ਬਾਰੇ ਵਿੱਚ ਦਿੱਤੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਡੈਫੀਨੇਟਲੀ ਇਟਸ ਅ ਵੈਰੀ ਵੈਰੀ ਅਲਾਰਮਿੰਗ ਸਟੇਟਮੈਂਟ, ਔਰ ਜਿੰਨੀ ਉਹਦੀ ਨਿਖੇਧੀ ਕੀਤੀ ਜਾਏ ਘੱਟ ਹੈ। ਮੁਸਲਿਮਸ ਨੂੰ US ਵਿੱਚ ਰੋਕਣ ਦੀ ਜਿਹੜੀ ਸਟੇਟਮੈਂਟ ਹੈ ਉਹਦੀ ਦੁਨੀਆ ਭਰ ਦੇ ਵਿੱਚ ਨਿਖੇਧੀ ਹੋਣੀ ਚਾਹੀਦੀ ਹੈ, ਦੈਟ ਇਜ਼ ਨੋਟ ਦ ਸੋਲੂਸ਼ਨ ਟੂ ਐਂਡ ਟੈਰਰਿਜ਼ਮ। ਪਰ ਉਹਦੇ ਨਾਲ ਇੱਕ ਜਿਹੜਾ ਉੱਥੋਂ ਦਾ ਮੀਡੀਆ ਵੀ ਕਹਿ ਰਿਹਾ ਕਿ ਉਹ ਲਗਾਤਾਰ ਨਿਊਜ਼ ਦੇ ਵਿੱਚ ਬਣੇ ਹੋਏ ਨੇ, ਜੈਬ ਬੁਸ਼ ਹੋਣੀ ਕਾਫੀ ਪਿੱਛੇ ਚੱਲ ਰਹੇ ਨੇ। ਦੇਖੋ ਜੀ, ਉਹ ਆਪਣੀ ਆਡੀਅੰਸ ਨੂੰ ਸਰਵ ਕਰ ਰਹੇ ਨੇ, ਪੋਲੀਟਿਕਸ ਇਜ਼ ਆਲ ਅਬਾਊਟ ਵੋਟਸ, ਉਹਨਾਂ ਨੂੰ ਐਸ ਲਈ ਨਜ਼ਰ ਆ ਰਿਹਾ ਕਿ ਜੇ ਮੈਂ ਬਿਆਨ ਦਊਂਗਾ ਤਾਂ ਮੈਂ ਰਿਪਬਲਿਕਨ
ਬਹੁਤ ਬਹੁਤ ਥੈਂਕ ਯੂ। ਤੁਸੀਂ ਗੱਲਬਾਤ ਕੀਤੀ ਸੀ ਕਿ ਜਿਹੜਾ 427 ਰਦਰਫੋਰਡ ਤੱਕ ਜਿਹੜਾ ਐਕਸਟੈਂਡ ਹੋ ਰਿਹਾ ਤਾਂ ਮਤਲਬ ਰੀਅਲ ਸਟੇਟ ਕਾਫੀ ਅੱਪ ਜਾਊਗੀ। ਤੁਸੀਂ ਵੀ ਇੱਕ ਰੀਅਲਟਰ ਹੋ, ਮੈਂ ਵੀ ਇੱਕ ਰੀਅਲਟਰ ਹਾਂ, ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਦੇ ਦਿਓ ਜੇ ਰਦਰਫੋਰਡ ਦੇ ਲਾਗੇ ਛਾਗੇ ਤੁਸੀਂ ਆਪਣੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ। ਬਿਲਕੁਲ ਜੀ, ਮੇਰਾ ਫੋਨ ਨੰਬਰ ਖੈਰ ਹਮੇਸ਼ਾ ਕਮਿਊਨਿਟੀ ਕੋਲ ਰਹਿੰਦਾ, 416-451-0040। ਜਸੀ ਜੀ, ਤੁਸੀਂ ਐਕਸ਼ਨ ਆਟੋ ਦਾ ਨੰਬਰ ਦੇਣਾ ਚਾਹੁੰਦੇ ਹੋ? ਨਹੀਂ ਜੀ, ਐਕਸ਼ਨ ਆਟੋ ਦਾ ਨੰਬਰ ਤਕਰੀਬਨ ਸਾਰਿਆਂ ਨੂੰ ਯਾਦ ਹੈ। ਥੈਂਕ ਯੂ ਜੀ, ਮੇਰਾ ਨੰਬਰ 416-305-6060। ਅਗਲੇ ਹਫਤੇ ਇੱਕ ਨਵੇਂ ਮੁੱਦੇ ਦੇ ਨਾਲ, ਇੱਕ ਨਵੇਂ ਗੈਸਟ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡਾ ਸਾਡਾ ਰੱਬ ਰਾਖਾ।